ਭਾਰਤ ਦੇ ਨਾਲੋਂ ਪਾਕਿਸਤਾਨ ਦੇ ਨਾਗਰਿਕ ਵੱਧ ਖੁਸ਼ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਪਾਤ ਦੀ ਰੈਂਕਿੰਗ ਲਗਾਤਾਰ ਖਰਾਬ afghanistan ਦੇ ਲੋਕ ਸਭ ਤੋਂ ਵੱਧ ਦੁਖੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਆਰਐਮਬੀ ਟੈਲੀਵਿਜ਼ਨ ਨਾਲ ਮੈਂ ਪਰਮੇਸ਼ ਸਿੰਘ ਹਰੇਕ ਇਨਸਾਨ ਹੀ ਖੁਸ਼ ਰਹਿਣਾ ਚਾਹੁੰਦਾ ਹੈ ਭਾਵੇਂ ਕਿਸੇ ਵੀ ਦੇਸ਼ ਦਾ ਨਾਗਰਿਕ ਹੋਵੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਰਕਾਰਾਂ ਅਜਿਹੇ ਕਾਨੂੰਨ ਬਣਾਉਣ ਜੋ ਲੋਕ ਪੱਖੀ ਹੋਵੇ ਜਿਸ ਦੇਸ਼ ਦੀ ਆਰਥਿਕ ਸਥਿਤੀ ਜਿੰਨੀ ਮਜ਼ਬੂਤ ਹੈ ਉਥੋਂ ਦੇ ਲੋਕ ਉਨੇ ਹੀ ਖੁਸ਼ ਹੋਣਗੇ ਤੇ ਜਿਸ ਦੇਸ਼ ਦੀ ਆਰਥਿਕ ਸਥਿਤੀ ਕਮਜ਼ੋਰ ਹੈ ਜਾਂ ਮਾੜੀ ਹੈ ਉਸ ਦੇਸ਼ ਦੇ ਨਾਗਰਿਕ ਉਨੇ ਹੀ ਦੁਖੀ ਹੋਣਗੇ ਪਿਛਲੇ ਹਫਤੇ ਜਾਰੀ ਹੋਏ ਵਰਲਡ ਹੈਪੀਨੈਸ ਅੰਕੜਿਆਂ ਦੇ ਮੁਤਾਬਕ ਭਾਰਤ 146 ਦੇਸ਼ਾਂ ਦੇ ਵਿੱਚੋਂ 137ਵੇਂ ਨੰਬਰ ਤੇ ਆ ਪਰ ਭਾਰਤ ਦੇ ਨਾਲੋਂ ਪਾਕਿਸਤਾਨ ਅੱਗੇ ਆ ਜੇਕਰ ਗੱਲ ਕਰਦੇ ਆ ਭਾਰਤ ਦੇ ਗੁਆਂਢੀ ਦੇਸ਼ਾਂ ਦੀ ਤਾਂ ਸ਼੍ਰੀਲੰਕਾ ਇਸ ਦਰਜੇ ਵਿੱਚ 126ਵੇਂ ਨੰਬਰ ਤੇ ਹੈ ਪਾਕਿਸਤਾਨ 103 ਨੰਬਰ ਤੇ ਹੈ ਬੰਗਲਾਦੇਸ਼ 99 ਤੇ ਤੇ ਨੇਪਾਲ 85 ਤੇ ਹੈ 140 ਦੇਸ਼ਾਂ ਦੀ ਇਸ ਸੂਚੀ ਦੇ ਵਿੱਚੋਂ ਭਾਰਤ 106ਵੇਂ ਨੰਬਰ ਤੇ ਹੈ ਜੋ ਆਪਣੇ ਗਵਾਂਢੀ ਰਾਜਾਂ ਦੇ ਨਾਲੋਂ ਆਪਣੇ ਗਵਾਂਢੀ ਦੇਸ਼ਾਂ ਦੇ ਨਾਲੋਂ ਸਭ ਤੋਂ ਪਿੱਛੇ ਆ ਜੇਕਰ ਗੱਲ ਕਰਦੇ ਹਾਂ ਪਿਛਲੇ 5-6 ਸਾਲਾਂ ਦੀ ਤਾਂ 2015 ਦੇ ਵਿੱਚ ਹਸਨ ਦੇ ਵਿੱਚ ਨਾਗਰਿਕਾਂ ਦੇ ਖੁਸ਼ ਰਹਿਣ ਦੇ ਵਿੱਚ ਭਾਰਤ 117ਵੇਂ ਨੰਬਰ ਤੇ ਸੀ 2016 ਦੇ ਵਿੱਚ 118ਵੇਂ ਤੇ 2000 17 ਦੇ ਵਿੱਚ 122ਵੇਂ ਨੰਬਰ ਤੇ ਤੇ 2018 ਦੇ ਵਿੱਚ 133ਵੇਂ ਨੰਬਰ ਤੇ 2019 ਤੇ 2020 ਦੇ ਵਿੱਚ 139ਵੇਂ ਨੰਬਰ ਤੇ ਤੇ 2021 ਦੇ ਵਿੱਚ 136ਵੇਂ ਨੰਬਰ ਤੇ ਤਾਂ ਕਹਿ ਸਕਦੇ ਆ ਜਦੋਂ ਤੋਂ ਭਾਰਤ ਦੇ ਵਿੱਚ ਮੋਦੀ ਸਰਕਾਰ ਸੱਤਾ ਦੇ ਵਿੱਚ ਆਏ ਤਾਂ ਲਗਾਤਾਰ ਲੋਕੋ ਦੁਖੀ ਰਹਿਣ ਲੱਗੇ ਨੇ 2015 ਤੋਂ ਬਾਅਦ ਭਾਰਤੀ ਰੈਂਕਿੰਗ ਲਗਾਤਾਰ ਖਰਾਬ ਹੁੰਦੀ ਰਹੀ ਆ ਪਰ 2019 ਦੇ ਮੁਕਾਬਲੇ 2020 ਦੇ ਵਿੱਚ ਤਿੰਨ ਨੰਬਰਾਂ ਦਾ ਵਾਧਾ ਹੋਇਆ ਹੈ ਭਾਰਤੀ ਰੈਂਕਿੰਗ ਦੇ ਵਿੱਚ ਸੁਧਾਰ ਹੋਇਆ ਹੈ ਪਰ ਆਪਣੇ ਗਵੰਢੀ ਦੇਸ਼ਾਂ ਦੇ ਨਾਲੋਂ ਭਾਰਤ ਹਜੇ ਤੱਕ ਵੀ ਪਿੱਛੇ ਜੇ ਕਿ ਗੱਲ ਕਰਦੇ ਆ ਪੂਰੀ ਦੁਨੀਆ ਦੇ ਸਭ ਤੋਂ ਖੁਸ਼ ਰਹਿਣ ਵਾਲੇ ਲੋਕ ਫਿਨਲੈਂਡ ਦੇ ਵਿੱਚ ਰਹਿੰਦੇ ਨੇ ਤੇ ਸਭ ਤੋਂ ਦੁਖੀ ਲੋਕ ਅਫਗਾਨਿਸਤਾਨ ਦੇ ਵਿੱਚ ਨੇ ਅਫਗਾਨਿਸਤਾਨ ਦਾ ਨੰਬਰ 144ਵਾਂ ਹੈ ਤੇ ਫਿਨਲੈਂਡ ਦਾ ਨੰਬਰ ਪਹਿਲੇ ਨੰਬਰ ਤੇ ਆ ਸਭ ਤੋਂ ਖੁਸ਼ ਲੋਕ ਫਿਨਲੈਂਡ ਦੇ ਨੇ ਤੇ ਭਾਰਤੀ ਰੈਂਕਿੰਗ 2015 ਤੋਂ ਲੈ ਕੇ ਲਗਾਤਾਰ ਖਰਾਬ ਰਹੀ ਹੈ ਪਰ ਹੁਣ ਪਿਛਲੇ ਸਾਲ ਦੇ ਮੁਕਾਬਲੇ 2019 ਤੇ 2022 ਦੇ ਵਿੱਚ ਆ ਕੇ ਤਿੰਨ ਅੰਕਾਂ ਦਾ ਵਾਧਾ ਹੋਇਆ ਤੇ ਭਾਰਤ ਤਿੰਨ ਨੰਬਰ ਅੱਗੇ ਆਇਆ ਪਰ ਆਪਣੇ ਗੁਵਾਂਢੀ ਦੇਸ਼ਾਂ ਦੇ ਨਾਲੋਂ ਭਾਰਤ ਪਿੱਛੇ ਆ ਅਜਈਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਧੰਨਵਾਦ